ਬਾਦਲ ਦਲ ਦਾ ਸਿਆਸੀ ਭਵਿੱਖ ਕਿਵੇਂ ਦਾ ਹੋਏਗਾ? ਗੁਰਦਾਸਪੁਰ ਤੇ ਸ਼ਾਹਕੋਟ ਦੇ ਨਤੀਜਿਆਂ ਤੋਂ ਕਾਫੀ ਕੁਝ ਸਾਫ ਹੋ ਗਿਆ। ਪੰਥ ਦੇ ਨਾਲ ਦਗਾ ਕਮਾਉਣਾ ਤੇ ਉਮੀਦਾਂ ਮੈਦਾਨ ਫਤਿਹ ਦੀਆਂ ਹੋ ਹੀ ਨਹੀਂ ਸਕਦਾ। ਪੰਥਕ ਤਾਕਤ ਦਾ ਕੇਡਰ ਬਾਦਲ ਦਲ ਦੇ ਲਈ ਬਿਲਕੁਲ ਖਤਮ। ਧੂੜ ਡੇਰਿਆਂ ਦੀ ਚਟਣੀ ਤੇ ਖਾਲਸਾ ਪੰਥ ਦੇ ਵਿਰੁੱਧ ਫੈਸਲੇ ਲੈਣੇ, ਰਾਜਨੀਤਿਕ ਦੁਖਾਂਤ ਤਾਂ ਭੁਗਤਣਾ ਪੈਣਾ ਸੀ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਦੁਖਾਂਤ ਬਾਦਲ ਦਲ ਨੂੰ ਲੈ ਡੁੱਬਿਆ। ਇਸ ਹਾਰ ਤੋਂ ਬਾਅਦ ਚ ਸੋਚਦੇ ਹਾਂ ਕਿ ਮਲਕ ਭਾਗੋ ਵਾਲਾ ਬਾਦਲ ਦਲ ਤੋਂ ਨਸ਼ਾ ਜ਼ਰੂਰ ਉਤਰੇਗਾ ਤੇ ਉਹ ਲੋਕ ਹਿੱਤਾਂ ਤੇ ਪੰਥਕ ਹਿੱਤਾਂ ਦੇ ਬਾਰੇ ਚ ਜ਼ਰੂਰ ਸੋਚਣਗੇ।